ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਜਿਹੜਾ ਅੱਜ 10 ਤਰੀਕ ਨੂੰ ਜਿਹੜੀ ਵੋਟਿੰਗ ਹੋਣੀ ਸੀ, ਜਿਹੜੀ ਸਵੇਰ ਤੋਂ ਹੀ ਜਿਹੜੀ ਵੋਟਿੰਗ ਆ ਜਲੰਧਰ ਦੇ ਵਿੱਚ ਚੱਲ ਰਹੀ ਹੈ, ਕਾਫੀ ਜਿਹੜਾ ਮੁੱਦਾ ਗਰਮਾਇਆ ਹੋਇਆ ਹੈ ਕਾਫੀ ਦਿਨ ਤੋਂ। ਇਸੇ ਨੂੰ ਲੈ ਕੇ ਜਿਹੜੇ ਬਹੁਤ ਹੀ ਵੈਸਟ ਦੇ ਏਰੀਆ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਹੋਏ ਨੇ। ਜਿਹੜੀ ਸ਼ੀਤਲ ਰਾਗ ਵੱਲੋਂ ਜਿਹੜੀ ਰਿਜ਼ਾਈਨ ਦੇ ਦਿੱਤਾ ਗਿਆ ਸੀ, ਉਸ ਤੋਂ ਬਾਅਦ ਜਿਹੜੇ ਇਲੈਕਸ਼ਨ ਕਰਵਾਏ ਗਏ ਸੀ, ਸ਼ੀਤਲ ਰਾਗ ਨੇ ਬੀਜੇਪੀ ਜੁਆਇਨ ਕਰ ਲਈ ਸੀ, ਉਸ ਤੋਂ ਬਾਅਦ ਸਰਕਾਰ ਵੱਲੋਂ ਜਿਹੜੇ ਆ ਲੋਕ ਸਭਾ ਚੋਣਾਂ ਤੋਂ ਬਾਅਦ ਨਾਲ ਹੀ ਜਿਹੜੀ ਜ਼ਿਮਨੀ ਚੋਣਾਂ ਕਰਾਉਣ ਦਾ ਐਲਾਨ ਕੀਤਾ, ਉਸੇ ਨੂੰ ਲੈ ਕੇ ਅਲੱਗ ਅਲੱਗ ਪਾਰਟੀਆਂ ਵੱਲੋਂ ਜਿਹੜੇ ਵਾ ਚੋਣ ਪ੍ਰਚਾਰ ਕੀਤਾ ਗਿਆ, ਕਾਫੀ ਜਿਹੜਾ ਮਾਹੌਲ ਗਰਮਾਇਆ ਦੇਖਿਆ ਗਿਆ। ਉਸੇ ਨੂੰ ਲੈ ਕੇ ਜਲੰਧਰ ਵੈਸਟ ਏਰੀਏ ਦੇ ਵਿੱਚ ਖੜੇ ਆ, ਕਾਫੀ ਪੁਖਤਾ ਪ੍ਰਬੰਧ ਕੀਤੇ ਹੋਇਆ, ਮੁਲਾਜ਼ਮਾਂ ਵੱਲੋਂ ਡਿਊਟੀ ਜਿਹੜੀ ਬਖੂਬੀ ਨਿਭਾ ਰਹੇ ਆ, ਕਾਫੀ ਪੁਖਤਾ ਪ੍ਰਬੰਧ ਕੀਤੇ ਆ। ਹੋਰ ਜਗ੍ਹਾ ਦੇ ਵਿੱਚ ਪੁਖਤਾ ਪ੍ਰਬੰਧ ਨਹੀਂ ਲੱਗ ਰਹੇ, ਪਰ ਜਿਹੜਾ ਸ਼ੀਤਲ ਰਾਗ ਤੇ ਸੁਸ਼ੀਲ ਰਿੰਕੂ ਦਾ ਏਰੀਆ ਜਿੱਥੇ ਉਹਨਾਂ ਦਾ ਘਰ ਆ, ਉੱਥੇ ਕਾਫੀ ਪੁਖਤਾ ਪ੍ਰਬੰਧ ਕੀਤੇ, ਕੋਈ ਵੀ ਲੜਾਈ ਝਗੜਾ ਨਾ ਹੋਵੇ। ਸਰ ਹੁਣੀ ਖੜੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ, ਕੀ ਜਿਹੜੇ ਹਾਲਾਤ ਬਣੇ ਹੋਏ, ਕਿਵੇਂ ਦੇ ਜਿਹੜੇ ਪ੍ਰਬੰਧ ਕੀਤੇ ਹੋਏ? ਲੋਕਾਂ ਦੀ ਸਹਿਯੋਗ ਦੀ ਲੋੜ ਹੈ, ਠੀਕ ਹੈ। ਬਾਕੀ ਲੋਕ ਵਧੀਆ, ਕੋਈ ਲੜਾਈ ਝਗੜਾ ਨਹੀਂ ਹੋਇਆ, ਬੜਾ ਤਾਂ ਅਫਸਰ ਗੇੜਾ ਮਾਰਦੇ ਤਾਂ ਉੱਥੋਂ ਲਈ ਪਹੁੰਚਦੇ, ਲੋਕਾਂ ਨਾਲ ਵਿਛੜ ਕੇ ਇੰਨਾ ਕੋਪਰ ਕਰਦੇ, ਪ੍ਰੋਪਰ ਗੱਡੀਆਂ ਰੋਕ ਕੇ ਚੈੱਕ ਕਰਦੇ, ਅਸੀਂ ਉਹਨਾਂ ਦੀ ਐਂਟਰੀ ਕਰਦੇ, ਆ ਫੋਟੋ ਪਾ ਲਓ। ਤੇ ਹੋਰ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਪ੍ਰੋਪਰ ਜਿਹੜੀ ਚੈਕਿੰਗ ਜਿਹੜੀ ਕੀਤੀ ਆ ਗੱਡੀਆਂ ਨੂੰ ਰੋਕ ਕੇ, ਸੁਸ਼ੀਲ ਕੁਮਾਰ ਦੇ ਸ਼ੀਤਲ ਰਾਗ ਦੇ ਏਰੀਏ ਦੇ ਵਿੱਚ ਅਸੀਂ ਖੜੇ ਹਾਂ, ਜਿੱਥੇ ਬਿਲਕੁਲ 5 ਮਿੰਟ ਦਾ ਰਸਤਾ ਪੂਰੀ ਜਿਹੜੀ ਪ੍ਰਸ਼ਾਸਨ ਵੱਲੋਂ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕੋਈ ਵੀ ਇੱਦਾਂ ਦੀ ਕੋਈ ਹਰਕਤ ਨਾ ਹੋਵੇ ਜਿਸਦੇ ਨਾਲ ਮਾਹੌਲ ਜਿਹੜਾ ਖਰਾਬ ਹੋਵੇ, ਉਸੇ ਨੂੰ ਲੈ ਕੇ ਪੂਰੀ ਜਿਹੜੀ ਪ੍ਰੋਪਰ ਜਿਹੜੀ ਚੈਕਿੰਗ ਆ ਵੈਸਟ ਦੇ ਵਿੱਚ ਕੀਤੀ ਜਾ ਰਹੀ ਹੈ। 10 ਤਰੀਕ ਅੱਜ ਜਿਹੜੀਆਂ ਸਵੇਰ ਤੋਂ ਹੀ ਜਿਹੜੀਆਂ ਵੋਟਿੰਗ ਜਿਹੜੀ ਚੱਲ ਰਹੀ ਹੈ, ਪੁਖਤਾ ਪ੍ਰਬੰਧ ਜਿਹੜੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਆ, ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਬਹੁਤ ਹੀ ਪੁਖਤਾ ਪ੍ਰਬੰਧ ਜਿਹੜੇ ਕੀਤੇ ਹੋਏ ਆ ਇੱਥੇ ਇਲੈਕਸ਼ਨਾਂ ਨੂੰ ਲੈ ਕੇ, ਕਿ ਕੋਈ ਇੱਦਾਂ ਦੀ ਜਿਹੜੀ ਵਾਰਦਾਤ ਨਾ ਹੋਵੇ ਜਲੰਧਰ ਦੇ ਵਿੱਚ ਵੈਸਟ ਦੇ ਵਿੱਚ। ਅੱਜ ਸਵੇਰ ਤੋਂ ਹੀ ਜਿਹੜੀ ਵੋਟਿੰਗ ਹੋ ਰਹੀ ਆ, ਸ਼ੀਤਲ ਰਾਗ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ ਸੀਗਾ, ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਪਹਿਲਾਂ, ਉਸ ਤੋਂ ਬਾਅਦ ਉਹਨਾਂ ਨੇ ਰਿਜ਼ਾਈਨ ਦੇ ਕੇ ਬੀਜੇਪੀ ਜੁਆਇਨ ਕਰ ਲਈ, ਤੇ ਉਸ ਤੋਂ ਬਾਅਦ ਜਿਹੜੀ ਇਹ ਸੀਟ ਖਾਲੀ ਹੋਈ ਸੀਗੀ, ਉਸ ਤੋਂ ਬਾਅਦ ਜਿਹੜੇ ਇੱਥੇ ਵੈਸਟ ਦੇ ਏਰੀਏ ਦੇ ਵਿੱਚ ਜਿਹੜੇ ਇਲੈਕਸ਼ਨ ਹੋ ਰਹੇ ਆ ਅੱਜ, ਉਸੇ ਨੂੰ ਲੈ ਕੇ ਜਿਹੜਾ ਅੱਜ ਤੁਹਾਨੂੰ ਰਿਪੋਰਟ ਦਿਖਾ ਰਹੇ ਹਾਂ, ਜਲੰਧਰ ਵੈਸਟ ਦੇ ਵਿੱਚ ਪਹੁੰਚੇ ਆ ਅਸੀਂ। ਕੀ ਜਿਹੜੇ, ਸਤਿ ਸ਼੍ਰੀ ਅਕਾਲ ਭਾਈ, ਸਰ ਵੋਟ ਦੇ ਕੇ ਕਿਵੇਂ ਲੱਗ ਰਿਹਾ ਕਿ ਇਸ ਵਾਰੀ ਵਿਕਾਸ ਹੋਏਗਾ? ਹਾਂਜੀ ਹਾਂਜੀ ਜੀ, ਜ਼ਰੂਰ ਹੋਏਗਾ, ਕਿਉਂਕਿ ਹੁਣ ਤਾਂ ਵਿਕਾਸ ਹੀ ਚਾਹੀਦਾ, ਕੋਈ ਚੱਕਰ ਹੀ ਨਹੀਂ। ਪਹਿਲਾਂ ਵੀ ਕਾਫੀ ਵਿਧਾਇਕ MLA ਵਿਕਾਸ ਨੂੰ ਹੈ, ਨਰਕ ਭਰੀ ਜ਼ਿੰਦਗੀ ਜਿਹੜੀ ਬਤੀਤ ਕਰ ਰਹੀ ਵੈਸਟ ਦੇ ਲੋਕ, ਕੀ ਕਹਿਣਾ? ਕੋਈ ਵੱਡੀ ਗੱਲ ਨਹੀਂ ਇੱਦਾਂ ਦੀ, ਹੁਣ ਦੇਖੋ ਲੋਕਾਂ ਦੀ ਆਪਣੀ ਆਪਣੀ ਸੋਚ ਹੁੰਦੀ ਹੈ, ਬਾਰਿਸ਼ ਵੀ ਪੈਂਦੀ ਹੈ, ਬੱਦਲ ਵੀ ਪੈਂਦਾ, ਧੁੱਪ ਵੀ ਪੈਂਦੀ ਹੈ, ਵਿਕਾਸ ਤੇ ਆਪਣੀ ਆਪਣੀ ਜਗ੍ਹਾ ਤੇ ਠੀਕ ਹੀ ਹੈ, ਤੇ ਜਿਹੜਾ ਮੌਸਮ ਦੇ ਹਿਸਾਬ ਨਾਲ ਹੈ, ਜੇ ਕਿਤੇ ਪਾਣੀ ਵੀ ਖੜਾ ਹੋ ਜਾਂਦਾ ਤੇ ਉਹ ਫਿਰ ਵੀ ਵਿਧਾਇਕ ਕੀ ਕਰ ਸਕਦਾ, ਇਹਦੇ ਵਿੱਚ ਜ਼ਿਆਦਾ ਕਿਤੇ ਹੋ ਸਕਦਾ, ਵਿਕਾਸ ਹੋਏਗਾ ਕੋਈ ਨਹੀਂ ਹੋਏਗਾ। ਤੇ ਇਹਨਾਂ ਦਾ ਹੁਣ ਇਹੀ ਕਹਿਣਾ ਵਾ ਕਿ ਵਿਕਾਸ ਜਿਹੜਾ ਹੋਏਗਾ, ਹੋਰ ਵੀ ਤੁਹਾਨੂੰ ਦਿਖਾ ਦਿੰਦੇ ਆ। ਸਤਿ ਸ਼੍ਰੀ ਅਕਾਲ ਅੰਕਲ ਜੀ, ਅੰਕਲ ਜੀ ਵੋਟ ਦੇ ਕੇ ਐਵੇਂ ਲੱਗਦਾ ਕਿ ਇਸ ਵਾਰ ਵਿਕਾਸ ਹੋਏਗਾ ਵੈਸਟ ਦੇ ਵਿੱਚ? ਦੇਖੋ ਬੰਦੇ ਦੇ ਸਾਰੇ ਚੰਗੇ ਨੇ, ਜੀ ਅੱਗੋਂ ਉਹਨਾਂ ਨੇ ਮਰਜ਼ੀ ਹੁਣ। ਪਹਿਲਾਂ ਵੀ ਕਾਫੀ ਵਿਧਾਇਕ ਆਏ MP ਆਏ, ਵਿਕਾਸ ਨਹੀਂ ਹੋਇਆ ਵੈਸਟ ਦੇ ਵਿੱਚ, ਕੀ ਕਹਿਣਾ ਚਾਹੁੰਦੇ? ਕੀ ਕਰਨਾ, ਆਪਾਂ ਵੋਟ ਪਾਏ ਆ ਬਸ ਜੀ।
ਤੇ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਹਲਾਤ ਵੈਸਟ ਦੇ ਏਰੀਏ ਦੇ ਵਿੱਚ ਜਿਹੜਾ ਖੜੇ ਹਾਂ ਅਸੀਂ ਲਗਾਤਾਰ ਜਿਹੜੀ ਵੋਟਿੰਗ ਹੋ ਰਹੀ ਆ ਸਵੇਰ ਤੋਂ ਹੋਰ ਵੀ ਇਲਾਕੇ ਦੇ ਵਿੱਚ ਅਸੀਂ ਜਾ ਕੇ ਦਿਖਾਏ ਤੁਹਾਨੂੰ ਹਲਾਤ ਜਿਹੜੀ ਪੁਖਤਾ ਪ੍ਰਬੰਧ ਜਿਹੜੇ ਆ ਜਿਹੜੇ ਮੁਲਾਜ਼ਮਾਂ ਵੱਲੋਂ ਵੀ ਕੀਤੇ ਹੋਏ ਆ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੀਤੇ ਗਏ ਆ ਕਿ ਕੋਈ ਇੱਦਾਂ ਦੀ ਅਣਹੋਣੀ ਨਾ ਹੋ ਸਕੇ। ਕਾਫੀ ਦੇਖਦੇ ਹਾਂ ਰੁਝਾਨ ਜਿਹੜਾ ਸ਼ੀਤਨ ਰਾਗ ਤੇ ਸ਼ਫੀ ਟਿੰਕੂ ਦੇ ਏਰੀਏ ਦੇ ਵਿੱਚ ਹੋ ਰਿਹਾ। ਕਾਫੀ ਲੋਕ ਜਿਹੜੇ ਵੋਟ ਪਾ ਕੇ ਜਿਹੜਾ ਬਾਹਰ ਆਏ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਕਾਫੀ ਲੋਕ ਜਿਹੜੇ ਵੋਟ ਪਾਉਣ ਜਿਹੜੇ ਆ ਰਹੇ ਆ। ਸ਼ੀਤਨ ਰਾਗ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ ਉਸੇ ਨੂੰ ਲੈ ਕੇ ਜਿਹੜਾ ਜਲੰਧਰ ਵੈਸਟ ਦੇ ਵਿੱਚ ਦੁਬਾਰਾ ਇਲੈਕਸ਼ਨ ਹੋ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਵੋਟ ਪਾਉਣ ਲਈ ਲੋਕ ਜਿਹੜੇ ਜਾ ਰਹੇ ਆ। ਹੁਣ ਦੇਖਣਾ ਹੋਏਗਾ ਕਿ 13 ਤਰੀਕ ਨੂੰ ਜਿਹੜਾ ਰਿਜ਼ਲਟ ਦੇ ਵਿੱਚ ਤੇ ਜਿਹੜੇ ਵੋਟ ਪਾਉਣ ਆ ਰਹੇ ਉਹਨਾਂ ਲਈ ਪੁਖਤਾ ਜਿਹੜੇ ਪ੍ਰਬੰਧ ਕੀਤੇ ਹੋਏ ਆ ਕਿ ਪਾਣੀ ਠੰਡਾ ਉਹਨਾਂ ਵਾਸਤੇ ਰੱਖਿਆ ਗਿਆ ਵਾ ਤੇ ਕੋਈ ਵੀ ਜਿਹੜੀ ਵੋਟਰਾਂ ਵਾਸਤੇ ਜਿਹੜੀ ਵੋਟ ਪਾ ਰਹੇ ਨੇ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਜਿਹੜੀ ਨਾ ਆਵੇ। ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਵੈਸਟ ਦੇ ਏਰੀਏ ਵਿੱਚ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਨ ਰਾਗ ਦੇ ਏਰੀਏ ਦੇ ਵਿੱਚ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤੇ ਮਹਿਲਾਵਾਂ ਵੀ ਜਿਹੜੀਆਂ ਵੋਟ ਪਾਉਣ ਜਾ ਰਹੀਆਂ ਆਪਣੇ ਵੋਟ ਦਾ ਅਧਿਕਾਰ ਜਿਹੜਾ ਵਾ ਪੂਰੀ ਬਾਖੂਬੀ ਨਿਭਾ ਰਹੇ ਆ ਤੇ ਕਾਫੀ ਰੁਝਾਨ ਜਿਹੜਾ ਇਸ ਏਰੀਏ ਦੇ ਵਿੱਚ ਦੇਖਿਆ ਜਾ ਰਿਹਾ ਵਾ ਤੇ ਹੋਰ ਏਰੀਏ ਦੇ ਵਿੱਚ ਵੀ ਜਾ ਕੇ ਤੁਸੀਂ ਦੇਖਿਆ ਭਾਰਵੋ ਕੈਂਪ ਹੋ ਗਿਆ ਮਾਡਲ ਹੋ ਗਿਆ ਉੱਥੇ ਇੰਨਾ ਜ਼ਿਆਦਾ ਜਿਹੜਾ ਰਸ਼ ਦੇਖਣ ਨੂੰ ਨਹੀਂ ਮਿਲਿਆ ਪਰ ਸ਼ੀਤਲ ਰਾਗ ਤੇ ਸੁਸ਼ੀਲ ਕੁਮਾਰ ਰਿੰਕੂ ਦੇ ਏਰੀਏ ਦੇ ਵਿੱਚ ਕਾਫੀ ਜਿਹੜਾ ਰਸ਼ ਜਿਹੜਾ ਵਾ ਦੇਖਣ ਨੂੰ ਮਿਲ ਰਿਹਾ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਵੋਟ ਦੇ ਕੇ ਕਿਵੇਂ ਲੱਗ ਰਿਹਾ? ਦੇਖੋ ਜੀ, ਵਿਕਾਸ ਦਾ ਤੇ ਪਤਾ ਨੀ, ਅੱਗੇ ਇੰਨੇ ਸਾਲਾਂ 40 ਸਾਲ ਹੋ ਗਿਆ ਵੋਟ ਪਾਉਂਦਿਆਂ ਨੂੰ, ਹਾਲੇ ਤੱਕ ਤੇ ਕੋਈ ਏਦਾਂ ਦੀ ਗੱਲਬਾਤ ਨੀ। ਹੁਣ ਦੇਖੋ ਅੱਗੋਂ ਕੀ ਹੁੰਦਾ, ਨਵੀਂ ਪਾਰਟੀ ਆਈ ਦੇਖੋ ਕੀ ਕਰਦੀ ਹੈ।